असलामुअलैकुम जी, की हाल है सारे दोस्तों का। तुसीं वेख रहे साडा यूट्यूब चैनल, तो जनाब अज का त्यों व्यू कराने के गुफात तरीक मतलब खालत का। आ जनाब साडे नाल ने गुजर साहब, जनाब वेखो डाटा बुझिया ने, शाम का टाइम है। गुजर साहब आ रोड का वेखो, हाँ व्यू चेक करो, दसना हाँ सऊदिया के की लात शात ने। कम बस गुजारा ही है हूं अजकल ना, जो हालात चल रहे ना वो चलो बाकी कमां नाल ठीक है, गर्मी तो बचते हैं, मजदूरी सही है, टैक्सी का काम ठीक है, लेकिन टेंशन बड़ी है। टेंशन किस चीज की? टेंशन यही है शिरकियां दी, होर किस चीज दी? हम जा रहे हैं जी वादी लबन। गुजर साहब बड़े ने कैमरे बहुत है बाबा जी। जनाब लास्ट दिहाड़ा है तो सुबह जनाब ईद है जी, बड़ा खाली ने, लेकिन नजारा गुजर साहब बहन जी है। हाँ बिलकुल जी बिलकुल, गुजर चैना था साडा। गुजर साहब आजकल जापान नाल ना डील करिए, डील करनी पैनी है इत्थे जापानी चीज दी मार्केट सानू करना पैना है। लिमोजिन रोड खसूस ही आ गया है। हां ये हो गया जत्ते रोड से, बिल्कुल देखो अभी है रोड, देखो एक लिमिट च जा रही हैं गाड़ियां। सऊदी अरब जा है गुजर साहब, चाह सा कि या नहीं चाह सा छाड़ दो, सारे कम छाड़ो, चाह सी है सऊदी अरब है ते दे जे आई दी गर्मी में लाने पै जंदी दिहाड़ी दिहाड़ी मर जाना सी के आई दे नजारे सऊदी अरब च देखने आन। नहीं बिल्कुल नहीं देखा तो मोर साडी यूट्यूब ते है। हां वो भी है, बता दे कसम आई दा नजारा कसे काटा बंदा देखना, बहुत काट देखना, रूट लम्मे पूरे रियाज दे। हां बिल्कुल जी बिल्कुल, इधरों इधरों वाक चलो था इधर तो उधर ये वखरा जा गया जनाब, मतलब माम दा ये सच्चे खप्पे आ गया, मतलब माम है गुजर साहब। लोकेशन आर मारो हां की ਤੁਹਾਡਾ ਖਿਆਲ ਆਖਦਾ ਕਿੰਨਾ ਸਾਡਾ ਟਾਈਮ ਲੱਗ ਜਾਣਾ ਹੈ? ਕੋਈ 19 ਮਿੰਟ ਦੀ ਲੋਕੇਸ਼ਨ ਹੈ, 19 ਮਿੰਟ ਹੈ ਜੀ, ਦੱਸ ਰਹੀ ਹੈ ਤੇ 19 ਕਿਲੋਮੀਟਰ ਹੈ, ਹਾਏ ਲੌਂਗ ਰੂਟ ਹੈ, ਲੌਂਗ ਰੂਟ ਤੇ ਜਾ ਰਹੇ ਹਾਂ। ਹਾਂ ਅੱਜ ਜਾ ਰਹੇ ਹਾਂ ਬਾਬਾ ਜੀ, ਅਸੀਂ ਪਾਰਟੀ ਹੈ ਉੱਥੇ ਜਾ ਰਹਾ ਸਾਹਿਬ, ਕੈਮਰਾ ਪਰਲੀ ਸਾਈਡ ਤੇ ਰੱਖ ਕੇ ਗੁਜਰ ਸਾਹਿਬ ਵੀਡੀਓ ਬਣਾ ਰਹਾ ਇੱਕ ਵਾਰੀ ਐ ਤੇ ਐ ਕੋ ਮਹਾਰ ਫਨਾਨਾ ਆ ਜਾ। ਹਾਂ ਬਿਲਕੁਲ ਠੀਕ ਹੈ ਵਾਲੇ, ਕੋਈ ਪਤਾ ਲੱਗੇ। ਹਾਂ ਜੀ ਚੈਨਲ ਦੇ ਮੈਂਬਰ ਜੀ, इना दा चैनल ज्यादा ज्यादा सब्सक्राइब करो, लाइक करो, शेयर करो, तेरे ताऊ चैनल नहीं यो करना, चैनल सब्सक्राइब आखी दा चैनल ही क्या, मैं चैनल नहीं क्या मैं की पता धोखा ना क्योंकि तेरे तावन नाल इने उत्ते जाना। हां गुजर साहब इस टाइम ओए व्यू जेड़ा ना बहुत अच्छा आ रहा, सऊदी अरब नजारा ही वखरा वखरा नजारा, बिल्कुल ਠੰਡੀ ਗੱਡੀ ਵਿੱਚ ਏ ਸੀ ਹੋਵੇ ਨਾਲ ਰੋਜ਼ ਦੇ 2-3 ਸੌ ਦਿਹਾੜ ਵੀ ਲੱਗੇ ਫਿਰ 2-3 ਸੌ ਰਿਆਲ ਪਾਕਿਸਤਾਨੀ ਨਹੀਂ ਪਾਕਿਸਤਾਨੀ ਦੇ 10-20 ਬਣ ਜਾਣਗੇ ਬਣ ਜਾ। ਆਹ ਦੇਖੋ ਜੀ ਕੁਗਰੀ ਥੱਲੇ ਕੀ ਵਿਊ ਹੈ, ਨਜ਼ਾਰੇ ਹੀ ਨਜ਼ਾਰੇ, ਖੁੱਲੇ ਰੋਡ ਹੈ ਖੁੱਲੇ, ਪਾਕਿਸਤਾਨ ਦੇਖੋ ਸਾਈਡ ਤੇ ਜਾਣਾ ਉਸੇ ਸਾਈਡ ਤੇ ਜਾਣਾ। गुजर साहब तो मैं जनाब चलिया पार्टी खान। हां बिल्कुल जी, बड़ी अहम है तो बड़ी न्याय थी, इंपॉर्टेंट है। हां हां ए जनाब आज शाया मदसर का कोना साहब, बिल्कुल हां बिल्कुल जी बिल्कुल, वो
ਸਿੱਧੇ ਨਹੀਂ ਜਾਣਦੇ ਨਹੀਂ ਨਹੀਂ ਅਸਾਂ ਕਿਤੇ ਕਿਤੇ ਜਾਣਾ ਜਲੋ ਹਲਾ ਸਿੱਧੇ ਚੱਲੀਏ ਚਲੋ ਸਿੱਧਾ ਟੋਰ ਚੱਲਿਆ ਗੁਜਰ ਸਾਹਿਬ ਜਦੋਂ ਆਖਦੇ ਰਾਹ ਦੋਵਾਂ ਪਾਸੇ ਸਹੀ ਹੈ ਹਲਾ ਇੱਥੋਂ 17 ਮਿੰਟ ਲੱਗ ਤੀਧਰੋਂ ਜ਼ਿਆਦਾ ਲੱਗਣਾ ਹੈ ਕਿਉਂਕਿ ਰਸ਼ ਬਣਿਆ ਹੋਣਾ ਹੁਣ ਤਾਂ ਇੱਧਰ ਉਧਰੋਂ ਚੱਕਰ ਲੰਮਾ ਪੈ ਜਾਣਾ ਨਾ ਹਾਂ ਇੱਧਰੋਂ ਸਿੱਧਾ ਟੁਰ ਜਾਣਾ ਉੱਧਰ ਇਹ ਸਫਾਰਿਆਂ ਕੋਲ ਲੱਗਣਾ ਨਾ ਆਹ ਜਨਾਬ ਸਾਡੇ ਸਫਾਰੇ ਆ ਗਏ ਨਾ ਸੱਚੇ ਮਾਰੇ ਨਾ ਆ ਝਾੜੀ ਹੈ ਝਾੜਾਂ ਤਾਂ ਅੱਗੇ ਜਾ ਕੇ ਆ ਝਾੜਾਂ ਨਹੀਂ ਹੈ ਸਾਰੇ ਸਫਾਰੇ ਹੀ ਨੇ ਆਹ ਬਾਉਂਡਰੀ ਹੈ ਉਹਦੀ ਬਾਉਂਡਰੀ ਹੈ ਨਾ ਸਫਾਰਿਆਂ ਦੀ ਆਹ ਦੇਖੋ ਜੀ ਜਾਲੀ ਲੱਗੀ ਹੈ ਬਾਉਂਡਰੀ ਹੈ ਸ਼ਾਮ ਦਾ ਨਜ਼ਾਰਾ ਏਦਾ ਹੀ ਕਿਸ ਹੈ ਜ਼ੂਮ ਨੂੰ ਹੁੰਦੇ ਜ਼ੂਮ ਕਰ ਹਾਂ ਲੈ ਜਨਾਬ ਇਹਦੇ ਵਿੱਚ ਜਿੰਨਾ ਵੀ ਸਬਜ਼ੀ ਰੱਬ ਦਾ ਅਮੀਰ ਹੈ ਸਬ ਤੋਂ ਜ਼ਿਆਦਾ ਸਕਿਉਰਿਟੀ ਟਾਈਟ ਹੈ ਅੱਗੋਂ ਹੁਣ ਗੁਜਰ ਸਾਹਿਬ ਵੇਖੋ ਉੱਤੇ ਕੈਮਰੇ ਵੀ ਨੇ ਥੋੜ੍ਹਾ ਸਾਈਡ 'ਤੇ ਕਰੋ ਹਾਂ ਵੈਲ ਪਿਛਾ ਰਾਖ ਕੇ ਵੀਡੀਓ ਬਣਾ ਹਾਂ ਹਾਂ ਕਦੇ 500 ਦਾ ਮੁਕਾਲ ਫਾਂਦਾ ਇਹ ਕੋਈ 70 75 ਦਾ ਰਾਹ ਜਾਂਦਾ ਨਾ ਪੈ ਜਾਵੇ ਨਾ ਵੀਡੀਓ ਦੇ ਚੱਕਰ 'ਤੇ ਬੜੀ ਨਹੀਂ ਨਹੀਂ ਅਗਾ ਜਾਣ ਦਿਓ ਕਿ ਗੁਜਰ ਸਾਹਿਬ ਇਹ ਕਰ ਪੂਰਾ ਮਾਲ ਵਹਾ ਤੋੜ ਹੈਗਾ ਵਾਦੀ ਲੱਭਣ ਤੱਕ ਹੈ ਜਾਣ ਦੇ ਫਿਰ ਦੱਬ ਕੇ ਰੱਖੋਗੇ ਸਾਹਮਣਾ ਮਾਰਾ ਇੱਥੇ ਬੜੇ ਨਜ਼ਾਰਾ ਜਿਹੜਾ ਨੇ ਇੱਥੇ ਇੱਥੇ ਮਾਹੌਲ ਹੁਣ ਵੇਖਣਾ ਹੁਣ ਇੱਥੋਂ ਲਾਣਾ ਨਾ ਇੱਥੇ ਸੱਜੇ ਹੱਥ ਗੁਜਰ ਸਾਹਿਬ ਸਟੇਡੀਅਮ ਹੋਣਾ ਥੱਲੇ ਅੱਛਾ ਇਹ ਸੱਜੇ ਹੱਥ ਹੋਣਾ ਸਹੀ ਹੈ ਸਹੀ ਹੈ ਫੁੱਟਬਾਲ ਦਾ ਰਿਆਸ ਦਾ ਮਾਹੌਲ ਕਿਸਾ ਫਿਰ ਬਿਲਕੁਲ ਜੀ ਦੇਖੋ ਖੂਬ ਨਜ਼ਾਰੇ ਹੈ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰੋ ਫਾਲੋ ਕਰੋ ਵੀਡੀਓ ਜ਼ਰੂਰ ਵੇਖੋ ਤੁਹਾਨੂੰ ਇਹ ਨਜ਼ਾਰਾ ਨਾ ਆਵੇ ਹਾਂ ਬਿਲਕੁਲ ਤੁਹਾਨੂੰ ਕੋਈ ਮਾਲੂਮਾਤ ਹੋਵੇ ਇਨਫੋਰਮੇਸ਼ਨ ਦਿੰਦੇ ਹਾਂ ਅਸੀਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਵਾਸਤੇ ਇਹ ਵਾਸਤੇ ਜਨਾਬ ਵੀਡੀਓ ਮੈਂ ਬਣਾਉਂਦੇ ਆ ਵਾਸਤੇ ਹਾਂ ਸਾਊਦੀ ਅਰਬ ਚ ਗੁਜਰ ਸਾਹਿਬ ਅੱਗੇ ਜਾਲੀ ਲਾ ਛੱਡੀਏ ਨਾ ਸਾਡਾ ਮਾਹੌਲ ਹੀ ਖਰਾਬ ਕਰ ਛੱਡਿਆ ਸਾਰੀ ਸਾਡੀ ਹੈ ਨਾ ਵੀਡੀਓ ਖਰਾਬ ਕਰ ਛੱਡੀ ਕੋਈ ਅੱਗੇ ਜਿਹੜੀ ਬਲ ਜੀ ਟੈਕਸੀ ਆਉਣੀ ਹੈ ਨਾ ਉਹ ਬੰਦਿਆਂ ਨੂੰ ਵਹਾਣੀ ਹੈ ਟੈਕਸੀ ਦਾ ਕੰਮ ਹੈ ਪੈਸਾ ਪਾਸ ਜਿਸ ਬੰਦੇ ਸਮਝੀ ਪਾਸ ਟੈਕਸੀ ਦਾ ਕੰਮ ਚੋ ਪੈਸਾ ਕਮਾ ਖੁੱਲਾ ਖੁੱਲਾ ਦਿਹਾੜੀਆਂ ਤੋਂ ਬਚ ਜਾਓ ਗਰਮੀ ਬੜੀ ਹੈ ਨਹੀਂ ਤਾਂ ਤੁਹਾਡੀ ਨਹੀਂ ਤਾਂ ਤੁਹਾਡੀ ਪੂਹ ਨਿਕਲ ਜਾਣੀ ਪੂਹ ਨਿਕਲ ਜਾਣੀ ਤੇ ਠੇਕੇਦਾਰ ਇੱਥੇ ਵਾਂਦੇ ਵੀ ਬੜੇ ਪਾਕਿਸਤਾਨ ਨਾਲ ਡਬਲ ਟ੍ਰਿਪਲ ਵਾ ਇਹਦੇ ਤੇ ਨੇੜੇ ਠੇਕੇਦਾਰ ਦਿੰਦੇ ਪੈਸਾ ਵੀ ਨਹੀਂ ਆਵਾਮ ਮਾਰ ਜਾਂਦੀ ਹੈ ਠੇਕੇਦਾਰ ਉੱਥੇ ਲਹਾਂਦੇ ਨੇ ਜਨਾਬ ਵੀ ਇਹ ਮੇਰੀ ਮਾਂ ਦੀ ਦੁਆ ਹੈ ਤੇ ਇੱਥੇ ਨਹੀਂ ਲਹਾਂਦੇ ਬਾਏ ਸਾਡੀ ਲੇਬਰ ਦੀ ਦੁਆ ਹੈ ਇਹ ਸਾਡੀ ਲੇਬਰ ਦੀ ਕਮਾਈ ਹੈ ਆ ਜਨਾਬ ਬੱਸ ਹੈ ਜਨਾਬ ਨਵੀਂ ਆਈ ਬਿਲਕੁਲ ਜਿਹੜੀ ਅੱਗੋਂ ਚੱਲਣੀ ਹੈ ਜਿੰਨੇ ਵੀ ਜਨਾਨੀਆਂ ਬਣਾਨੀਆਂ
ਮਾਹੌਲ ਹੈ ਜਾਂ ਨਹੀਂ ਰਾਤ ਦਾ ਜਿਹੜਾ ਨਾ ਵਿਊ ਅੱਛਾ ਹੈ ਕੋਈ ਨਹੀਂ ਦਿਨ ਜਾਂ ਰਾਤ ਦਾ ਫਰਕ ਨਹੀਂ ਮਹਿਸੂਸ ਹੋ ਰਿਹਾ ਲਾਈਟਾਂ ਬਿਲਕੁਲ ਬਿਜਲੀ ਮੁਫਤ ਇੱਥੇ ਏਸੀ ਲਓ ਚਸ ਲਓ ਪਾਕਿਸਤਾਨ ਦੇ ਪੱਖੀਆਂ ਚੱਲ ਚੱਲ ਜੱਬ ਜਾਂਦਾ ਹੁੰਦਾ ਏਸੀ ਵਾਲੀਆਂ ਗੱਡੀਆਂ ਦੇ ਨਾਲ ਨਾਲੇ 2-250 ਜੇਬ ਚ ਪਾਇਆ ਘਰ ਗਿਆ ਹਾਂ ਨਾਲੇ ਖਾਣ ਪੀਣ ਚੰਗਾ ਹਾਂ ਲੈ ਕੇ ਖਾਓ ਜੀ ਜੋ ਦਿਲ ਹੈ ਖਾਓ ਵੇਖੋ ਜਨਾਬ ਗੁਜਰ ਸਾਹਿਬ ਦੇ ਅੰਦਰ ਕਿਹੜੀ ਅੱਗ ਲੱਗੀ ਹੈ ਵਾਹ ਇਹਨੂੰ ਜਾਣ ਸਕੂਨ ਨਾਲ ਖਲੋ ਰਿਹਾ ਅੱਗ ਮੱਠੀ ਹੋ ਜਾ ਬੁੱਝ ਗਈ ਹੈ ਵਾਕੇ ਬਾਤੇ ਆਹ ਜਿਹੜਾ ਕੈਮਰਾ ਨਹੀਂ ਇਹ ਸਾਰਿਆਂ ਨੂੰ ਵਾਹ ਵਾਹ ਇਹ ਜਿਹੜਾ ਨਹੀਂ ਇਹਦੇ ਤੋਂ ਬਚ ਕਰਾਉਣਾ